धन गुरु रामदास जी, धन गुरु रामदास जी, प्यार नल सर आखो ने जी, धन बाबा देव सिंह जी। अज गुरु रामदास सच्चे पातशाह जी दा बाबा दीप सिंह साहब जी दा संगत रूपी परिवार दूरों नेड़ों चल के धन गुरु तेग बहादुर साहब सच्चे पातशाह जी दे पावन पवित्र अस्थान गुरद्वारा सीसगंज साहिब विखे एकत्रित होया और हो रहा। वेखो प्यारिओ, नॉर्मल दिनां दे विच असीं अपना नितनेम करिए गुरु दीआं बड़ीआं खुशियां मिलदीआं, पर जदों कोई बारिश दा दिन होवे जां बहुत ज़्यादा ठंड पै रही होवे, उस दिन भी जे सतगुरु की कृपा दे नाल बंदा अपना नेम निभा दे ना, फिर गुरु दियां बख्शिश दियां दोवें मुठ्ठां ही सिख दी झोली च खुल जांदियां ने। अज सवेर तो ही बारिश चल रही है और दो तीन दिनों तो मौसम तब्दील हो गया सी, ठंड घट गई सी, अज फिर ठंड का जोर भी पै गया। पर जिन्हों इश्क है ना बाबा दीप सिंह जी दे नाल, जिन्हों प्यार है बाबे खंडे वाले दे नाल, प्यारे वो रह नहीं सकता। मैं वेख रहा कोई गुड़गांव तो आया, कोई फरीदाबाद तो, कितों कितों तुसी प्यार च आए हो परिवारक मैंबर, ते आओ आ सामने बैठे जे गुरु ग्रंथ साहिब जी दे रूप दे विच हाजर नाजर गुरु तेग बहादुर बापू जी। एक बारी कहो तेग बहादुर सिमरै कर नाउ निधावै ताए, सब थाई होए सहाय। आओ 7-8 मिनट वाहिगुरु गुरमंत्र दा जाप अपां सारिआं ने रल मिल के करना है, जिहड़ियां संगतां बाद विच आउण, क्योंकि मैनूं पता है खिच ते खंडे वाले ने पा दित्ती होई है, कोई तुरे आ घरों कोई तुर रहे आ पहुँच, सब ने जाणा है। ते आओ जिथे जिथे जगह मिले प्यार दे विच सजिओ, 7-8 मिनट वाहिगुरु गुरमंत्र दा जाप, सारे हाजरी लाए, कोई रसना मंजी ना रह जे। सतनाम जी वाहे गुरु जी, सतनाम जी जी, धन गुरु रामदास जी, धन गुरु
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਦੋ ਚਾਰ ਜ਼ਰੂਰੀ ਬੇਨਤੀਆਂ ਅਸੀਂ ਰੋਜ਼ ਕਰਦੇ ਹਾਂ, ਦੁਪਹਿਰੀ 3 ਤੋਂ 4 ਔਰ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ, ਉਹ ਕਰਕੇ ਆਪਾਂ ਫਿਰ ਸ਼ਬਦ ਪੜ੍ਹਨਾ। ਖੰਡੇ ਵਾਲੇ ਬਾਪੂ ਦਾ ਆਗਮਨ ਦਿਨ ਮਨਾ ਰਹੇ ਹਾਂ ਆਪਾਂ, ਅਤੇ ਖੰਡੇ ਵਾਲੇ ਦੀਆਂ ਵਡਿਆਈਆਂ ਕਰਾਂਗੇ ਪਿਤਾ ਜੀ ਸੇਵਾ ਲੈਣ। ਉਸ ਤੋਂ ਪਹਿਲਾਂ ਜਿਹੜੀਆਂ ਅਸੀਂ ਰੋਜ਼ 2-3 ਬੇਨਤੀਆਂ ਕਰਦੇ ਹਾਂ, ਧਿਆਨ ਨਾਲ ਸੁਣਿਓ। ਜੇ ਬਿਹਤਰ ਇਨਸਾਨ ਬਣਨਾ ਹੈ ਨਾ ਜੀਵਨ ਦੇ ਵਿੱਚ, ਕਿਉਂਕਿ ਮੈਂ ਰੋਜ਼ ਇਹੋ ਹੀ ਚੀਜ਼ ਕਹਿੰਦਾ, ਅਸੀਂ ਸਿੱਖ ਬਾਅਦ ਵਿੱਚ ਹਾਂ, ਹਿੰਦੂ ਬਾਅਦ ਵਿੱਚ ਹਾਂ, ਮੁਸਲਮਾਨ ਬਾਅਦ ਵਿੱਚ ਹਾਂ, ਚੰਗੇ ਇਨਸਾਨ ਬਣੋ, ਨੇਕ ਇਨਸਾਨ ਬਣੋ। ਜੇ ਬਿਹਤਰ ਇਨਸਾਨ ਬਣਨਾ ਚਾਹੁੰਦੇ ਹੋ ਨਾ, ਤਾਂ ਮੇਰੀ ਬੇਨਤੀ ਇਹ 3 ਚੀਜ਼ਾਂ ਪੱਕੇ ਤੌਰ 'ਤੇ ਆਪਣੇ ਮਾਇੰਡ ਦੇ ਵਿੱਚ ਵਸਾ ਲਓ। ਪਹਿਲੀ ਚੀਜ਼, ਭਾਵੇਂ ਛੋਟਾ ਜਿਹਾ ਹੀ ਕਿਉਂ ਨਾ ਹੋਵੇ, ਝੂਠ ਬੋਲਣ ਦੀ ਆਦਤ ਨੂੰ ਕੋਸ਼ਿਸ਼ ਕਰੋ ਜਿੰਨੀ ਜਲਦੀ ਛੱਡ ਸਕਦੇ ਹੋ ਨਾ ਛੱਡੋ, ਭਾਵੇਂ ਛੋਟਾ ਜਿਹਾ ਝੂਠ ਕਿਉਂ ਨਾ ਹੋਵੇ, ਜਿੰਨੀ ਜਲਦੀ ਇਸ ਆਦਤ ਦਾ ਤਿਆਗ ਕਰ ਸਕਦੇ ਹੋ ਨਾ ਕਰੋ, ਜੇ ਬਿਹਤਰ ਇਨਸਾਨ ਬਣਨਾ। ਸੱਚੀ ਗੱਲ ਕਰੋ, ਸੱਚੀ ਗੱਲ। 2 ਮਿੰਟ ਲਈ ਭਾਵੇਂ ਅਗਲੇ ਨੂੰ ਕੌੜੀ ਲੱਗੇਗੀ, ਪਰ ਬਾਅਦ ਵਿੱਚ ਯਾਦ ਰੱਖੇਗਾ, ਨਹੀਂ ਯਾਰ ਬੰਦਾ ਸੱਚਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਦਿਲ ਵਿੱਚ ਕੋਈ ਵੱਲ ਫਰੇਬ ਨਹੀਂ ਰੱਖਦਾ, ਉਹ ਹਿਸਾਬ ਨਾ ਬਣ ਜੇ ਮੂੰਹ ਮੈਂ ਰਾਮ ਰਾਮ ਬਗਲ ਮੈਂ ਛੁਰੀ। ਸਿੱਧੀ ਗੱਲ ਕਰੋ, ਸੱਚੀ ਗੱਲ ਕਰੋ, ਅਤੇ ਸੱਚਾਈ ਹੈ, ਸੱਚ ਬੋਲਣ ਦੀ ਤਾਕਤ ਵੀ ਉਹਦੇ ਅੰਦਰ ਆਉਂਦੀ ਹੈ ਜਿਹੜਾ ਸੱਚ ਨਾਲ ਜੁੜ ਜਾਂਦਾ। ਹਾਂਜੀ, ਜਿਹੜਾ ਸੱਚ ਨਾਲ ਜੁੜ ਜਾਂਦਾ, ਜਿਹੜਾ ਸੱਚ ਨਾਲ ਨਹੀਂ ਜੁੜਿਆ ਉਹਦੇ ਅੰਦਰ ਸੱਚ ਬੋਲਣ ਦੀ ਤਾਕਤ ਆ ਹੀ ਨਹੀਂ ਸਕਦੀ। ਮੂੰਹ ਦੇ ਉੱਤੇ ਬਾਬਰ ਨੂੰ ਜਾਬਰ ਕਹਿਣਾ, ਗੁਰੂ ਨਾਨਕ ਸੱਚੇ ਉਹ ਹੀ ਕਹਿ ਸਕਦੇ ਜਾਂ ਉਹਦੇ ਭਗਤ ਪਿਆਰੇ ਜਿਹੜੇ ਸੱਚ ਨਾਲ ਜੁੜ ਗਏ। ਹਾਂਜੀ, ਨੀਹਾਂ ਦੇ ਵਿੱਚ ਚੰਨਣ ਦਾ ਵੇਲਾ ਆ ਗਿਆ ਸਾਹਿਬਜ਼ਾਦਿਆਂ ਦਾ, ਪਰ ਮੂੰਹ ਦੇ ਉੱਤੇ ਸਰਹੰਦ ਦੇ ਨਵਾਬ ਨੂੰ ਕਹਿੰਦੇ ਨੇ ਵੀ ਜੋ ਮਰਜ਼ੀ ਤੂੰ ਕਰ ਲੈ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ, ਪਰ ਤੇਰੀ ਗੱਲ ਨਹੀਂ ਉਹ ਮੰਨੀ, ਤੂੰ ਝੂਠਾ ਹੈ। ਸੁੱਚਾ ਆਨੰਦ ਸੁੱਚਾ ਆਨੰਦ ਬਣਿਆ, ਮੈਂ ਸੁੱਚਾ ਵਾਂ, ਪਰ ਉਹ ਕਹਿੰਦੇ ਤੂੰ ਸੁੱਚਾ ਨਹੀਂ ਤੇ ਤੂੰ ਤੇ ਝੂਠਾ ਆਨੰਦ ਹੈ, ਝੂਠਾ ਆਨੰਦ। ਇਹ ਸੱਚ ਬੋਲਣ ਦੀ ਤਾਕਤ ਵੀ ਉਸੇ ਅੰਦਰ ਆਉਂਦੀ ਹੈ ਜਿਹੜਾ ਸੱਚ ਨਾਲ ਜੁੜਦਾ। ਸੱਚ ਕੀ ਹੈ? ਜਿਨ੍ਹਾਂ ਦੇ ਅਸਥਾਨ 'ਤੇ ਬੈਠੇ ਉਹ ਮੇਰਾ ਮਾਲਕ ਨਿਰੰਕਾਰ। ਸੱਚ ਕੀ ਹੈ? ਬਾਜਾਂ ਵਾਲਾ। ਸੱਚ ਕੀ ਹੈ? ਗੁਰੂ ਰਾਮਦਾਸ। ਸੱਚ ਕੀ ਹੈ? ਗੁਰੂ ਗ੍ਰੰਥ ਸਾਹਿਬ, ਗੁਰੂ ਦੀ ਬਾਣੀ। ਜਿਹੜਾ ਸੱਚ ਨਾਲ ਜੁੜ ਜਾਂਦਾ ਹੈ ਨਾ, ਫਿਰ ਸੱਚ ਬੋਲਣ ਦੀ ਵੀ ਤਾਕਤ ਆਉਂਦੀ ਹੈ, ਅਤੇ ਇਕੱਲਾ ਸੱਚ ਬੋਲਦਾ ਨਹੀਂ, ਸੱਚ ਨੂੰ ਕਮਾਉਣ ਵੀ ਲੱਗ ਪੈਂਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿੰਨੀ ਜਲਦੀ ਹੋ ਸਕੇ ਇਹ ਝੂਠ ਬੋਲਣ ਦੀ ਆਦਤ ਦਾ ਤਿਆਗ ਕਰੋ। ਨਿੱਕੇ ਨਿੱਕੇ ਬੋਲੇ ਹੋਏ ਝੂਠ ਕਈ ਵਾਰੀ ਵੱਡੀਆਂ ਵੱਡੀਆਂ ਗਲਤੀਆਂ ਕਰਵਾ ਦਿੰਦੇ ਨੇ। ਇੱਕ ਝੂਠ ਬੋਲ ਕੇ ਬੰਦਾ 10-10 ਹੋਰ ਬੋਲਦਾ ਉਸ ਝੂਠ ਨੂੰ ਢੱਕਣ ਵਾਸਤੇ। ਦੂਜੀ ਗੱਲ, ਜੇ ਬਿਹਤਰ ਇਨਸਾਨ ਬਣਨਾ ਹੈ ਨਾ, ਦੂਜੀ ਗੱਲ, ਚੰਗੀਆਂ ਕਿਤਾਬਾਂ ਹਮੇਸ਼ਾ ਆਪਣੇ ਕੋਲ ਰੱਖੋ ਅਤੇ ਉਹਨਾਂ ਨੂੰ ਪੜ੍ਹਿਆ ਕਰੋ। ਚੰਗੀਆਂ ਕਿਤਾਬਾਂ, ਗੁਰਮੁਖਾਂ ਦੀਆਂ ਕਿਤਾਬਾਂ, ਮਹਾਂਪੁਰਖਾਂ ਦੀਆਂ ਲਿਖੀਆਂ ਹੋਈਆਂ ਗੁਰੂ ਸਾਹਿਬ ਦੇ ਉੱਤੇ ਜੋ ਕਿਤਾਬਾਂ ਨੇ ਪੜ੍ਹਿਆ ਕਰੋ। ਗੁਰੂ ਦੇ ਇਤਿਹਾਸ ਦੀਆਂ ਕਿਤਾਬਾਂ, ਕਰਨੀ ਵਾਲੇ ਮਹਾਂਪੁਰਖਾਂ ਦੇ ਜੀਵਨ ਦੀਆਂ ਕਿਤਾਬਾਂ ਆਪਣੇ ਕੋਲ ਰੱਖੋ ਅਤੇ ਫਿਰ ਉਹਨਾਂ ਨੂੰ ਪੜ੍ਹੋ, ਅਤੇ ਪੜ੍ਹਨ ਤੋਂ ਬਾਅਦ ਵਿਚਾਰੋ, ਅਤੇ ਇਕੱਲਾ ਵਿਚਾਰ ਕੇ ਕੰਮ ਖਤਮ ਨਹੀਂ ਹੋਇਆ। ਕਈ ਕਹਿੰਦੇ ਜੀ ਵਿਚਾਰ ਕਰਨੀ ਚਾਹੀਦੀ ਸ਼ਬਦ ਦੀ, ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ। ਚੰਗੀ ਗੱਲ, ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ, ਸ਼ਬਦ ਦੀ ਵਿਚਾਰ ਕਰਨੀ ਚਾਹੀਦੀ, ਇਹ ਗਲਤ ਗੱਲ ਨਹੀਂ। ਪਰ ਇਸ ਤੋਂ ਅੱਗੇ ਵੀ ਇੱਕ ਪੌੜੀ ਹੈ, ਜਿਸ ਚੀਜ਼ ਦੀ ਤੂੰ ਵਿਚਾਰ ਕੀਤੀ ਉਹਨੂੰ ਕਮਾਉਣਾ ਵੀ ਸ਼ੁਰੂ ਕਰਨ। ਇਕੱਲੀ ਵਿਚਾਰ ਦੇ ਉੱਤੇ ਗੱਲ ਕਿਉਂ ਖਤਮ ਕਰਦਾ? ਜੋ ਬੋਲਿਆ, ਜੋ ਪੜ੍ਹਿਆ, ਜੋ ਸੁਣਿਆ, ਜੋ ਸੁਣਾਇਆ, ਉਹਨੂੰ ਕਮਾਉਣਾ ਵੀ ਤਾਂ ਸ਼ੁਰੂ ਕਰ। ਜਦੋਂ ਕਮਾਈ ਕਰਨੀ ਸ਼ੁਰੂ ਕਰੇਗਾ,
गुरु पिता दी मरहमत दा पात्र फिर तो बनना है। आखो धन गुरु रामदास जी, धन गुरु रामदास जी, प्यार नाल आखो ने जी धन बाबा दीप सिंह जी। दिल्ली वाले ओ कैम हो, मैनु इस चीज तो पता लग गया तुसी ओही परिवारक मेंबर बैठे जेडे रोज जुड़दे हो, क्योंकि मेरा सुभा सब नु पता है जो मैं पुछना कैम हो तुसी जकारा लाउना है, कैम होने का सबूत देना है जी। पहली गल, बेहतर इंसान जे बनना झूठ बोलन की आदत का जिन्नी जल्दी हो सके त्याग करो। दूजी गल, चंगियां किताबां अपने कोल रखो ते उन्हां नूं पढ़िया करो, विचारिया करो ते कमाया करो। ते तीजा प्यारिओ, एक चीज अपने माइंड दे विच रख लो जे बेहतर इंसान बनना है। जे अज तुसी किसे दा दिल दुखाओगे तुहाडा भी कोई दिल दुखाएगा। इस करके अपने कर्मां नूं इहो जिहा सुधारो, इहो जिहा सवारो कि तुहाडे कर्मां दे करके किसे दा जान बुझ के कोई दिल ना टुटे, तुहाडे कर्मां दे करके। हाँ, उन्हें तुहाडी चढ़दी कला नूं अपना दुख बना लिया, वो गल वखरी है, पर तुहाडे कर्मां दे करके किसे नूं ठेस ना पहुंचे। जे बेहतर इंसान बनना है ना, ते आ गुण अंदर लियाउण दा यतन करो। हमेशा मिठा बोलो, मिठे बचन बोलो, निम्रता दे विच चलो। हमेशा प्यारिओ, जो गुरु पिता ने पूरने पाए ने ना, उन्हां पूरनियां दे उत्ते चलण दा यतन करो। आखो धन गुरु रामदास जी, धन गुरु रामदास जी। ते जे बेहतर इंसान बनना है ते तीन चीजां तो दूर रहो, पता केड़ियां सुन लो फिर आपां शब्द पढ़न लगे। और जदों दियां मैं चीजां बोलनियां शुरू कीतियां ना, न्यू जनरेशन दे उत्ते बड़ा प्रभाव पै रहा, मोटीवेट हो रही है न्यू जनरेशन। जिथे मैं जाना, मैनू छोटे छोटे बच्चे, नौजवान बच्चे बच्चियां भज भज के मिलते, वीर जी असी परिवारक मैंबर हाँ तुहाडे, मैनू खुशी होंदी। तीन बंदियां तो हमेशा दूर रहो जे बेहतर इंसान बनना है। पहले जेड़े तुहाडे ते हमेशा शक करदे हों, उन्हां तो दूर रहो। लगदा इन्ने हेरा फेरी कीती हुई होनी है, हैं कई इदां दे हुंदे आ ना, क्योंकि सुखीए को पेखे सब सुखिया, रोगी के भाणे सब रोगी। सच्ची गल है, जेड़ा सुखी उन्हूं सारे सुखी नजर आउणगे, जेड़ा रोगी उन्हूं सारे रोगी नजर आउणगे, ते सच्ची गल जेड़ा चोर उन्हूं सारे चोर नजर आउणगे। टेंशन ना रखो दिमाग ते, आ बड़ा वड्डा बापू है, हैं जी, टेंशन उन्हूं दे दिया करो। मत्था टेकन लग्या क्या करो, बाबा जे मैं तेरा ते मेरे दुख टेंशन भी ते तेरिया ने ना, हैं जी। आखो धन गुरु रामदास जी, धन गुरु रामदास जी। उन्हां बंदियां तो दूर हो जाओ जेड़े हर वेले तुहाडे ते शक करदे ने। दूजा, जेड़े अपना काम निकलण तो बाद तुहानूं छड्ड देण, उन्हां तो भी दूर हो जाओ, जेड़े मतलबी ने, हैं जी, जेड़े अपने काम नाल ही तुहाडे नाल जुड़े ने, काम नाल ही। कल त्याग करना जे ना अज ही करदे उन्हां दा। ते तीजा प्यारिओ, ओ लोग उन्हां तों दूर रवो जेड़े तुहाडे सामने हर वेले किसे दी बुरियाई करदे ने, क्योंकि जेड़े अज तुहाडे सामने किसे दी बुरियाई करदे, सच्ची गल तुहाडी बुरियाई भी दसां दे विच जाके करदे होणगे। आखो धन गुरु रामदास जी, धन गुरु रामदास जी। प्यार नाल आखो धन बाबा दीप सिंह जी। और कोई अमनदीप सिंह अपने कोलों बना बना के गल्लां नहीं कर रहा, मेरे साहब भी कहिंदे आ निंदक बंदे ने ना जिन्नी जल्दी हो सके किनारा करो उन्हां तों, आ साकत पुरशां कोलों जिन्नी जल्दी हो सके किनारा करो, इन्हां नाल कल किनारा करना है ना, अज कीता भला, अज ही कीता भला, नुकसान करनगे तुहाडा बहुत वड्डा आउण वाले समें च। यह मेरी बेनती है, सच्चाई नाल तुरो। हाँ, कुछ समय लई जे बदल बुदल सच्चाई दे सामने आ गए, सूरज दे अगे टेंशन कादी, जित ते सूरज दी होई है, अज नहीं ते कल, घंटे बाद नहीं ते दोवां घंटियां बाद, 24 घंटियां बाद नहीं ते 36 घंटियां बाद, बारिश ने ते खटना ही है, सूरज ने ते सामने आना ही है ना। आखो धन गुरु रामदास जी, धन गुरु रामदास जी। प्यार नाल आखो ने जी धन बाबा दीप सिंह जी। ओ बंदियां दे कोलों भी हमेशा दूर रहो जेड़े
ਕਿਸੇ ਦੀ ਬੁਰਿਆਈ ਆ ਕੇ ਤੁਹਾਡੇ ਅੱਗੇ ਕਰਦੇ ਨੇ। ਇਹ ਮੈਂ ਦੋ ਚਾਰ ਜਿਹੜੀਆਂ ਗੱਲਾਂ ਕੀਤੀਆਂ ਨਾ ਵਾਰ ਵਾਰ ਸੁਣਿਓ। ਸਾਡਾ ਯੂਟਿਊਬ ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਸਬਸਕ੍ਰਾਈਬ ਕਰਿਓ, ਵਾਰ ਵਾਰ ਜਾ ਕੇ ਸੁਣਿਓ, ਵਾਰ ਵਾਰ ਬੜੀਆਂ ਕੰਮ ਆਉਣਗੀਆਂ ਗੱਲਾਂ। ਆਪਾਂ ਸ਼ਬਦ ਪੜ੍ਹਨਾ, ਉਸ ਤੋਂ ਪਹਿਲੇ ਜੋ ਅਸੀਂ ਇੱਕ ਮੋਟਿਵ ਲੈ ਕੇ ਚੱਲੇ ਹੋਏ ਹਾਂ ਉਹ ਮੋਟਿਵ ਨੂੰ ਦੁਹਰਾਓ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਇਹ ਨਿਕਲੇ ਬਚਨ ਜਿਹੜੇ ਮੈਂ ਬੋਲਣ ਲੱਗਾ। 652 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਦਰਜ। ਇੱਕ ਇੱਕ ਬਚਨ ਦੇ ਵਿੱਚੋਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਦੀਦਾਰ ਹੋਣਗੇ, ਜਿਨ੍ਹਾਂ ਦਾ ਅਸੀਂ ਦਿਹਾੜਾ ਮਨਾ ਰਹੇ ਹਾਂ। ਕੀ ਕਹਿ ਰਹੇ ਨੇ ਗੁਰੂ ਰਾਮਦਾਸ ਜੀ, ਪੜਿਓ, ਕੋਈ ਰਸਨਾ ਮੰਝੀ ਨਾ ਰਹੇ ਜੀ। ਤਿੰਨ ਜਨ ਦੇਖਾਂ ਨੈਣੇ, ਮੈਂ ਉਹਨਾਂ ਨੂੰ ਵੇਖਣਾ ਆਪਣੇ ਨੈਣਾਂ ਨਾਲ। ਤਿੰਨ ਜਨ ਦੇਖਾਂ ਨੈਣੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬੋਲੋ ਬਾਬਾ ਦੀਪ ਸਿੰਘ ਜੀ। ਤਿੰਨ ਜਨ ਦੇਖਾਂ ਨੈਣੀ, ਤਿੰਨ ਜਨ ਦੇਖਾਂ ਨੈਣੀ, ਪੜੋ ਤਿੰਨ ਜਨ ਦੇਖਾਂ ਨੈਣੀ, ਤਿੰਨ ਜਨ ਦੇਖਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ, ਤਿੰਨ ਜਨ ਦੇਖਾਂ ਨੈਣੀ, ਤਿੰਨ ਜਨ ਦੇਖਾਂ ਨੈਣੀ, ਤਿੰਨ ਜਨ ਦੇਖਾਂ ਹਿੱਸੇ ਚ ਸਾਰੀ ਪਿਆਰ ਵਾਲੀ ਸੰਗਤ, ਸਾਰੇ ਪਰਿਵਾਰਕ ਮੈਂਬਰ ਬੋਲਿਓ, ਹਰ ਹਰ ਆਪਣੀ ਦਇਆ ਕਰ, ਹਰ ਹਰ ਆਪਣੀ ਦਇਆ ਕਰ, ਸੰਗਤ ਬੋਲੇ ਹਰ ਹਰ। ਹਾਂ
ਤਪਦੇ ਗੁਰਬਾਣੀ ਦੀ ਪੰਕਤੀ ਦੇ ਵਿੱਚੋਂ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋ ਰਹੇ ਜੋ ਜਪਦੇ ਹਰ ਹਰ ਦਿਨ ਸਰਾਤ। ਸੱਚਾਈ ਏ ਅਸੀਂ ਜਿੰਨੇ ਬੈਠੇ ਹਾਂ ਨਾ, ਚਲੋ ਮੈਂ ਤੁਹਾਡੀ ਗੱਲ ਕੀ ਕਰਾਂ, ਮੈਂ ਆਪਣੀ ਕਰਦਾ ਕਿਉਂਕਿ ਸੰਗਤ 'ਚ ਬੜੀਆਂ ਕਮਾਈ ਵਾਲੀਆਂ ਰੂਹਾਂ ਹੁੰਦੀਆਂ ਨੇ। ਮੇਰੇ ਵਰਗਾ ਇੱਕ ਪੌੜ ਜਪਜੀ ਸਾਹਿਬ ਦਾ ਕਰੇ ਤੇ ਇੱਕ ਦੀ ਵੀ ਪੂਰੀ ਹਾਜ਼ਰੀ ਨਹੀਂ ਲੱਗਦੀ। ਮਨ ਇੱਧਰ ਉੱਧਰ ਉਡਾਰੀਆਂ ਮਾਰਦਾ, ਕਦੀ ਕਿਤੇ ਜਾਂਦਾ, ਕਦੀ ਕਿਤੇ ਜਾਂਦਾ, ਕਦੀ ਕਿਤੇ, ਇੱਕ ਦੀ ਵੀ ਹਾਜ਼ਰੀ ਪੂਰੀ ਨਹੀਂ। ਸ਼ੁਰੂ ਕਰਦੇ ਹਾਂ ਜਪਜੀ ਸਾਹਿਬ, ਪਤਾ ਨਹੀਂ ਲੱਗਦਾ ਕਦੋਂ ਭੋਗ ਪੈ ਜਾਂਦਾ। ਜਿੰਨੀ ਨਾਮ ਧਿਆਇਆ ਗਏ ਮੁਸੀਬਤ ਕਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ, ਪਤਾ ਨਹੀਂ ਲੱਗਦਾ। ਪਰ ਬਾਬਾ ਦੀਪ ਸਿੰਘ ਸਾਹਿਬ ਪੰਜ ਗ੍ਰੰਥੀ ਦਾ ਰੋਜ਼ ਦਾ ਨਿਤਨੇਮ ਕਰਨਾ। ਬਾਬਾ ਦੀਪ ਸਿੰਘ ਸਾਹਿਬ ਜਿਨ੍ਹਾਂ ਦਾ ਹਰ ਸਵਾਸ ਸਿਮਰਨ ਨਾਲ ਭਿੱਜਿਆ ਪਿਆ, ਬਾਬਾ ਦੀਪ ਸਿੰਘ ਸਾਹਿਬ ਅੱਜ ਵੀ ਉਹ ਗੁਟਕਾ ਸਾਹਿਬ ਮੌਜੂਦ ਹੈ। 917 ਅੰਗਾਂ ਦਾ ਗੁਟਕਾ ਸਾਹਿਬ ਹੈ ਜੋ ਬਾਬਾ ਦੀਪ ਸਿੰਘ ਜੀ ਦਾ ਨਿਤਨੇਮ ਸੀ। 917 ਅੰਗਾਂ ਦਾ ਉਹ ਨੇਮ ਵੱਖਰਾ। ਬਾਬਾ ਦੀਪ ਸਿੰਘ ਜੀ ਇਹ ਸਾਰੇ ਨੇਮ ਤੋਂ ਇਲਾਵਾ ਦਮਦਮੀ ਟਕਸਾਲ ਦੇ ਗੁਰਮੁਖਾਂ ਦੀਆਂ ਲਿਖਤਾਂ ਪੜ੍ਹੋ, 101 ਪਾਠ ਰੋਜ਼ ਜਪਜੀ ਸਾਹਿਬ ਦਾ ਕਰਦੇ ਨੇ। ਮੇਰੇ ਲਈ ਕਹਿਣਾ ਸੌਖਾ, ਤੁਹਾਡੇ ਲਈ ਸੁਣਨਾ ਸੌਖਾ ਹੈ। ਇੱਕ ਪਾਠ ਅਸੀਂ ਕਰਦੇ ਹਾਂ ਨਾ, ਇੱਕ ਦੀ ਵੀ ਹਾਜ਼ਰੀ ਪੂਰੀ ਨਹੀਂ ਲੱਗਦੀ। ਪਰ ਬਾਬਾ ਦੀਪ ਸਿੰਘ ਜੀ ਇੱਕ ਪਾਠ ਜਪਜੀ ਸਾਹਿਬ ਦਾ ਕਰਦੇ ਨੇ ਤੇ ਉਹਨਾਂ ਦਾ ਹਰ ਰੋਮ ਜਪਜੀ ਸਾਹਿਬ ਪੜ੍ਹਦਾ ਹੈ। 7 ਕਰੋੜ ਰੋਮ ਨੇ ਸਾਡੇ ਸਰੀਰ ਤੇ, ਇੱਕ ਪਾਠ ਕੀਤਾ ਤੇ 7 ਕਰੋੜ ਵਾਰੀ ਪਾਠ ਹੋ ਗਿਆ। 101 ਪਾਠ ਰੋਜ਼ ਕਰਦੇ ਤੇ ਸਾਰੀ ਜ਼ਿੰਦਗੀ ਇਹ ਨੇਮ ਨਿਭਾਇਆ। ਕਿੰਨਾ ਤਗੜਾ ਬਾਣੀ ਦਾ ਪੈਰ ਹੈ ਬਾਬੇ ਖੰਡੇ ਵਾਲੇ ਦਾ। ਐਵੇਂ ਨਹੀਂ ਕੁਰਬਾਨੀਆਂ ਹੁੰਦੀਆਂ, ਐਵੇਂ ਨਹੀਂ, ਗੁਰਬਾਣੀ ਤੋਂ ਬਿਨਾਂ ਕੁਰਬਾਨੀ ਕਿੱਥੋਂ ਹੋ ਜਾਏਗੀ ਜੀ। ਪਿੰਕੀ ਵੀਰ ਜੀ ਦੱਸ ਰਹੇ ਸੀ ਨਾ ਮੇਰੇ ਤੋਂ ਪਹਿਲਾਂ, ਦੇਖੋ ਬਾਬਾ ਦੀਪ ਸਿੰਘ ਜੀ ਇਹ ਅਚੰਬੇ ਵਾਲੀ ਗੱਲ ਨਹੀਂ ਤੇ ਹੋਰ ਕੀ ਹੈ, ਹੋਰ ਕੀ ਹੈ ਦੱਸੋ। ਸਰੀਰ ਜੋ ਸੀਸ ਹੈ ਧੜ ਤੋਂ ਜੁਦਾ ਹੋ ਚੁੱਕਿਆ ਹੈ ਤੇ ਜਦੋਂ ਕਿਹਾ ਸਿੱਖ ਨੇ ਬਾਬਾ ਜੀ ਤੁਸੀਂ ਤੇ ਪ੍ਰਣ ਕੀਤਾ ਹੈ ਕਿ ਜਦ ਤੱਕ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ ਉਦੋਂ ਤੱਕ ਪ੍ਰਾਣ ਦੇਣੇ ਨਹੀਂ। ਉਲਟਾ ਪ੍ਰਣ ਸੀ, ਉਲਟਾ ਲੋਕ ਪ੍ਰਣ ਕਰਦੇ ਨੇ ਜੇ ਮੈਨੂੰ ਚੀਜ਼ ਨਾ ਮਿਲੀ ਮੈਂ ਮਰ ਜਾਣਾ, ਪਰ ਬਾਬਾ ਉਲਟਾ ਪ੍ਰਣ ਕਰਦਾ ਜਦ ਤੱਕ ਆਪਣਾ ਕੌਲ ਪੂਰਾ ਨਹੀਂ ਕਰਦਾ ਮੈਂ ਮਰਨਾ ਹੀ ਨਹੀਂ। ਜਦੋਂ ਸਿੱਖ ਨੇ ਯਾਦ ਦਵਾਇਆ ਪ੍ਰਣ ਤੇ ਬਾਬੇ ਦਾ ਧੜ ਹਿੱਲਿਆ, ਖੱਬੀ ਤਲੀ ਦੇ ਉੱਤੇ ਸੀਸ, ਸੱਜੇ ਹੱਥ ਦੇ ਵਿੱਚ 18 ਸੇਰ ਦਾ ਖੰਡਾ ਫੜਿਆ ਤੇ ਬਾਬਾ ਦੀਪ ਸਿੰਘ ਜੀ ਫਿਰ ਦੁਸ਼ਮਣਾਂ ਦੇ ਨਾਲ ਜੰਗ ਲੜਨ ਲੱਗ ਪਏ ਨੇ। ਇਹ ਤਾਕਤ ਆਈ ਕਿੱਥੋਂ? ਇਹ ਤਾਕਤ ਆਈ ਉਹ ਡਾਢੇ ਨਿਤਨੇਮ ਤੋਂ। ਇਹ ਤਾਕਤ ਆਈ ਗੁਰੂ ਰਾਮਦਾਸ ਜੀ ਦੇ ਉਹ ਵੱਡੇ ਘਰ ਦੇ ਨਾਲ ਜੁੜਨ ਦੇ ਨਾਲ। ਇਹ ਤਾਕਤ ਆਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਮ੍ਰਿਤ ਤੋਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇੰਨੀਆਂ ਕਮਾਈਆਂ, ਇੰਨੀਆਂ ਕਮਾਈਆਂ, ਇੰਨੀਆਂ। ਇੱਕ ਇੱਕ ਪੰਕਤੀ ਦੇ ਵਿੱਚੋਂ ਤੁਹਾਨੂੰ ਦਰਸ਼ਨ ਹੋਣਗੇ ਖੰਡੇ ਵਾਲੇ ਬਾਬੇ ਦੇ। ਮਹਾਰਾਜ ਗੁਰੂ ਰਾਮਦਾਸ ਕਹਿ ਰਹੇ, ਕਹਿੰਦੇ ਉਹਨਾਂ ਤੋਂ ਮੈਂ ਕੁਰਬਾਨ ਜਾਂਦਾ। ਪਰ ਕਿੰਨਾ ਤੋਂ? ਜੋ ਜਪਦੇ ਹਰ ਹਰ ਸਰਾਤ ਤਿੰਨ ਹੋ
जन दे खाने बाबा दीप सिंह जी का पावन पवित्र आगमन दिन जन्म दिहाड़ा गुरुद्वारा सीसगंज साहिब विखे अपन सारे मना रहे हैं। थोड़ा जिहा समा अपना होर बहना क्योंकि जेडे परिवारक मैंबर ने वो थकते नहीं। आखो वाहिगुरु जी जदों चुपहरे होंदे ने, परसों चुपहरा सी आ दिल्ली तो किनिया संगतां गईयां सी गुरमुख प्यारे होर सारियां। असी 9 बजे प्रोग्राम शुरू करना हुंदा, 7 बजे सारे बह जांदे ने पहले ही। रैन सबाइयां राती 9 बजे शुरू करनियां हुंदियां, 6 बजे 2-2, 3-3 हज़ार संगत बह जांदी पहले ही कि बाद विच बहण नूं जगह नहीं लभणी।
ਤੇ ਜਦੋਂ ਮੈਂ ਸਮਾਪਤੀ ਕਰਦਾ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਧੱਕੇ ਨਾਲ ਮੈਨੂੰ ਭੋਗ ਪਾਉਣਾ ਪੈਂਦਾ। ਇੱਕ ਸ਼ਬਦ ਹੋਰ ਪੜ੍ਹੋ, ਹਾਂ ਹਾਂ ਇੱਕ ਸ਼ਬਦ ਹੋਰ ਪੜ੍ਹੋ, ਇੱਕ ਸ਼ਬਦ ਹੋਰ ਪੜ੍ਹੋ। ਅੱਜ ਪਿੰਕੀ ਜੀ ਨੇ ਵੀ ਸਮਾਂ ਅਨਾਊਂਸ ਨਹੀਂ ਕੀਤਾ, ਕਹਿੰਦੇ ਜਿੰਨਾ ਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਲਾ ਲਓ ਸੰਗਤ ਲਵਾ ਲਵੇ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ। ਅਤੇ ਜਿੰਨਾ ਕੁ ਸਮਾਂ ਪਿਤਾ ਜੀ ਨੇ ਲਵਾਉਣਾ ਨਾ, ਜਿਹੜੇ ਪਰਿਵਾਰਕ ਮੈਂਬਰ ਤੁਸੀਂ ਤਾਂ ਮੈਨੂੰ ਪਤਾ ਕਾਲੇ ਪੈਣਾ ਹੀ ਨਹੀਂ, ਅਤੇ ਜਿਹੜੇ ਕਈ ਨਵੇਂ ਜੁੜੇ ਹੋਣ ਉਹਨਾਂ ਦੇ ਚਰਨਾਂ 'ਚ, ਵਾਹ ਵਾਹ ਉਹਨਾਂ ਦੇ ਚਰਨਾਂ 'ਚ ਵੀ ਨਿਮਰਤਾ ਸਹਿਤ ਬੇਨਤੀ ਹੈ, ਬਸ ਅੰਦਰਲਾ ਟਿਕਾਅ ਬਖਸ਼ਿਓ ਅੰਦਰਲਾ। ਵਾਹ ਵਾਹ ਬਾਬਾ ਦੀਪ ਸਿੰਘ ਜੀ ਦਾ ਪਾਵਨ ਪਵਿੱਤਰ ਜਨਮ ਕਿੱਥੇ ਹੋਇਆ? ਪਾਉਮਿੰਡ ਸਾਹਿਬ ਦੀ ਧਰਤੀ 'ਤੇ 26 ਜਨਵਰੀ 1682 ਨੂੰ। ਭਾਈ ਭਗਤਾ ਜੀ, ਮਾਤਾ ਜੀਵਣੀ ਜੀ ਤਿਨ੍ਹਾਂ ਦੇ ਗ੍ਰਹਿ ਵਿਖੇ ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਭਾਗ ਲਾ ਰਹੇ ਸੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਹੁਣ ਤੁਸੀਂ ਸਿਆਣੇ ਹੋ, ਹਰ ਮਾਂ ਇੱਕ ਚੀਜ਼ ਚਾਹੁੰਦੀ ਹੈ, ਮੈਂ ਚੰਗਾ ਖਾਵਾਂ ਨਾ ਖਾਵਾਂ ਪਰ ਮੇਰਾ ਬੱਚਾ ਵਧੀਆ ਖੁਰਾਕ ਖਾਵੇ, ਮੈਂ ਚੰਗਾ ਪਹਿਨਾਂ ਨਾ ਪਹਿਨਾਂ ਪਰ ਮੇਰੇ ਬੱਚੇ ਵਧੀਆ ਤੋਂ ਵਧੀਆ ਕੱਪੜੇ ਪਹਿਨਣ ਔਰ ਬੱਚਿਆਂ ਦੀ ਸੰਗਤ ਵੀ ਵਧੀਆ ਹੋਵੇ। ਆਖੋ ਵਾਹਿਗੁਰੂ ਜੀ। ਅਤੇ ਬਸ ਮਾਤਾ ਜੀਵਣੀ ਜੀ ਵੀ ਆਹੀ ਚਾਹੁੰਦੇ ਨੇ, ਅਤੇ ਮਾਤਾ ਜੀਵਣੀ ਜੀ ਉਹਨਾਂ ਨੇ ਖੁਰਾਕ ਦਿੱਤੀ ਬਾਬਾ ਦੀਪ ਸਿੰਘ ਜੀ ਨੂੰ ਬਚਪਨ ਤੋਂ ਹੀ ਅੰਮ੍ਰਿਤ ਵੇਲੇ ਦੀ ਅਤੇ ਗੁਰਬਾਣੀ ਦੀ। ਬਾਬਾ ਦੀਪ ਸਿੰਘ ਜੀ ਨੂੰ ਮਾਤਾ ਜੀਵਣੀ ਜੀ ਨੇ ਪੁਸ਼ਾਕ ਪਹਿਨਾਈ ਗੁਰੂ ਦੇ ਪ੍ਰੇਮ ਪਟੋਲੇ ਦੀ ਹੈ ਜੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਅਤੇ ਸ਼ੁਰੂ ਤੋਂ ਹੀ ਕਮਾਈ ਵਾਲਿਆਂ ਦੀ ਸੰਗਤ ਕਰਾਉਂਦੀ ਹੈ ਮਾਤਾ ਜੀਵਣੀ। ਆ ਜਿਹੜਾ ਸ਼ਬਦ ਇਹਨਾਂ ਅਸੀਂ ਪੜ੍ਹਦੇ ਹਾਂ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਇੱਕ ਇੱਕ ਪੰਕਤੀ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਉੱਤੇ ਢੁੱਕਦੀ ਹੈ। ਆਪਣੇ ਮਨ ਨੂੰ ਭੌਰੇ ਦੇ ਵਾਂਗ ਬਣਾ ਕੇ ਨਾ ਬਾਬਾ ਦੀਪ ਸਿੰਘ ਜੀ ਨੇ ਹਰ ਜਗ੍ਹਾ ਤੋਂ ਗੁਣ ਇਕੱਤਰਿਤ ਕੀਤੇ ਨੇ। ਖੰਡਿਆ ਮੈਂ ਜਿਹੜੀ ਗੱਲ ਕਰਨੀ ਅੱਜ ਤੁਹਾਡੇ ਨਾਲ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮਾਤਾ ਜੀਵਣੀ ਜੀ ਤੇ ਭਾਈ ਭਗਤੂ ਜੀ ਨਾ ਬਾਬਾ ਦੀਪ ਸਿੰਘ ਜੀ ਨੂੰ ਲਿਆਏ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਕਰਾਉਣ ਵਾਸਤੇ ਅਨੰਦਪੁਰ ਸਾਹਿਬ। ਇੰਨੇ ਪ੍ਰਭਾਵਿਤ ਹੋਏ ਮਹਾਰਾਜ ਦੇ ਦੀਦਾਰ ਕਰਕੇ, ਰੰਗਿਆਂ ਦੇ ਦੀਦਾਰ ਕਰਕੇ, ਕਿ ਬਾਬਾ ਜੀ ਫਿਰ ਨਾ ਉੱਥੇ ਰਹਿ ਗਏ। ਮਹਾਰਾਜ ਦੀ ਨਿਗਰਾਨੀ ਦੇ ਵਿੱਚ ਸ਼ਸਤਰ ਵਿੱਦਿਆ, ਸ਼ਸਤਰ ਵਿੱਦਿਆ, ਘੋੜ ਸਵਾਰੀ, ਅਨੇਕਾਂ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਗਿਆਨ ਲਿਆ। ਸੁਣਿਓ ਧਿਆਨ ਨਾਲ, ਬਾਬਾ ਜੀ ਦਾ ਜੀਵਨ ਜਦੋਂ ਪੜ੍ਹਦੇ ਹੋ ਨਾ, ਸ਼ਸਤਰ ਵਿੱਦਿਆ ਦਾ ਅਤੇ ਸ਼ਸਤਰ ਵਿੱਦਿਆ ਦਾ ਸੁਮੇਲ ਹੈ। ਸੰਤ ਛਪਾਈ ਹੈ ਬਾਬਾ, ਸੰਤ ਛਪਾਈ, ਅਤੇ ਸਾਨੂੰ ਵੀ ਸੰਤ ਛਪਾਈ ਬਣਾਇਆ। ਇਕੱਲਾ ਕੀਰਤਨ ਨਾ ਕਰ, ਇਕੱਲੀ ਮਾਲਾ ਨਾ ਫੇਰ, ਇਕੱਲਾ ਅੰਮ੍ਰਿਤ ਵੇਲਾ ਨਾ ਸੰਭਾਲ। ਉਹ ਜਦੋਂ ਕੋਈ ਭੀੜਾ ਬਣ ਜੇ, ਸਭ ਤੋਂ ਪਹਿਲਾਂ ਜਾਨਾਂ ਵਾਰਨ ਵਾਸਤੇ ਅਗਾਂਹ ਵੀ ਲੱਗੀਆਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਸੰਤ ਛਪਾਈ ਬਣਾਇਆ ਔਰ ਸੱਚਾਈ ਹੈ, ਸੱਚਾਈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਖਾਲਸੇ ਵਿੱਚ ਇਹ ਤਾਕਤ ਭਰੀ, ਸ਼ਕਤੀ ਭਰੀ ਹੈ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਸੰਸਾਰ ਦੇ ਉੱਤੇ ਜੇ ਕੋਈ ਮੁਸ਼ਕਲ ਦਾ ਸਮਾਂ ਬਣ ਜੇ ਨਾ, ਭੁੱਖਮਰੀ ਆ ਜੇ ਜਿਵੇਂ ਕਰੋਨਾ ਕਾਲ ਲੰਘਿਆ, ਕੋਈ ਕੁਦਰਤੀ ਆਫਤ ਆ ਜੇ, ਹੈ ਜੀ, ਕੋਈ ਵੀ ਕੁਦਰਤੀ ਆਫਤ ਆ ਜੇ, ਕਿਤੇ ਭੁਚਾਲ ਆ ਜਾਂਦੇ, ਕਿਤੇ ਕੁਝ, ਕਦੀ ਕੁਝ, ਕਹਿੰਦੇ ਸੰਸਾਰ ਦੇ ਉੱਤੇ ਜੇ ਕਿਤੇ ਕੋਈ ਆਫਤ ਆ ਜੇ ਤੇ ਉਸ ਸਮੇਂ ਇਹ ਦਸਤਾਰਾਂ ਵਾਲੇ ਹੀ ਦੇਗ ਚਲਾਉਂਦੇ ਨੇ। ਦਸਤਾਰਾਂ ਵਾਲੇ ਸਭ ਤੋਂ ਅੱਗੇ ਤੁਹਾਡੇ ਵੀਰ ਲੱਗੇ ਹੁੰਦੇ ਲੰਗਰ ਛਕਾਉਣ ਵਿੱਚ। ਕਰੋਨਾ ਵਿੱਚ ਤੇ ਆਕਸੀਜਨ ਦੇ ਲੰਗਰ ਲਾਉਣ ਵਿੱਚ ਵੀ ਤੁਸੀਂ ਅੱਗੇ ਰਹੇ ਹੋ। ਸੰਸਾਰ ਦੇ ਉੱਤੇ ਜੇ ਕੋਈ ਕੁਦਰਤੀ ਆਫਤ ਆ ਜੇ, ਦਸਤਾਰਾਂ ਵਾਲੇ ਹੀ ਦੇਗ ਚਲਾਉਂਦੇ ਨੇ। ਦੇਸ਼, ਕੌਮ ਜਾਂ ਪੰਥ ਦੇ ਉੱਤੇ ਕੋਈ ਭੀੜ ਪੈ ਜੇ,
ਤੇ ਦਸਤਾਰਾਂ ਵਾਲੇ ਹੀ ਤੇਗਾਂ ਵਾਉਂਦੇ ਨੇ। ਇਹ ਸੰਤ ਤੇ ਛਪਾਈ ਵਾਲਾ ਗੁਣ ਭਰਿਆ ਬਾਜਾਂ ਵਾਲੇ ਪ੍ਰੀਤਮ ਨੇ, ਉਹੋ ਹੀ ਗੁਣ ਬਾਬਾ ਦੀਪ ਸਿੰਘ ਜੀ ਵਿੱਚ ਮੌਜੂਦ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥੋਂ, ਭਾਈ ਮਨੀ ਸਿੰਘ ਜੀ ਨੇ, ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਕੁਝ ਸਮੇਂ ਬਾਅਦ ਆ ਗਏ ਭਾਈ ਭਗਤੂ ਜੀ, ਮਹਾਰਾਜ ਇਹਨਾਂ ਨੂੰ ਲਿਜਾਣਾ ਹੈ। ਅਤੇ ਮਹਾਰਾਜ ਨੇ ਇੱਥੋਂ ਤੱਕ ਪਿਆਰ 'ਚ ਬਚਨ ਕੀਤਾ ਸੀ, ਕਹਿੰਦੇ ਤੁਸੀਂ ਜਾਣਾ ਬੇਸ਼ੱਕ ਜਾਓ, ਪਰ ਇਹ ਦੀਪ ਸਿੰਘ ਨੂੰ ਇੱਥੇ ਰਹਿਣ ਦਿਓ, ਕਿਉਂਕਿ ਇਹਨੇ ਇੱਥੇ ਰਹਿ ਕੇ ਕਈ ਅਨੇਕਾਂ ਬੁਝੇ ਹੋਏ ਦੀਵਿਆਂ ਨੂੰ ਜਗਾਉਣਾ ਹੈ। ਸੋਨਿਹਾਲ ਸਤਿ ਸ੍ਰੀ ਅਕਾਲ। ਬਾਬਾ ਦੀਪ ਸਿੰਘ ਜੀ ਨੇ ਫਿਰ ਉੱਥੇ ਰਹਿ ਕੇ ਕਈ ਬੁਝੇ ਦੀਵਿਆਂ ਨੂੰ ਜਗਾਇਆ, ਅਤੇ ਅੱਜ ਤੱਕ ਜਗਾ ਰਹੇ ਨੇ, ਕਿਤੇ ਗਏ ਨਹੀਂ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ। ਮੈਨੂੰ ਇੰਨਾ ਵਿਸ਼ਵਾਸ ਹੈ, ਇਹਨੂੰ ਕੋਈ ਮੰਨੇ ਨਾ ਮੰਨੇ ਮੈਨੂੰ ਕਿਸੇ ਨਾਲ ਮਤਲਬ ਨਹੀਂ। ਮੰਨੋਗੇ ਭਲਾ, ਨਹੀਂ ਮੰਨੋਗੇ ਤਾਂ ਵੀ ਭਲਾ। ਆ ਜਿਹੜਾ ਮੈਂ ਬੋਲ ਰਿਹਾ ਨਾ, ਸੱਚਾਈ ਕਹਿ ਰਿਹਾ, ਇਹ ਵੀ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਹੀ ਬੋਲ ਰਿਹਾ। ਜਿਹੜੇ ਮੇਰੇ ਅੰਦਰ ਸਾਹ ਚੱਲਦੇ ਆ ਨਾ, ਉਹਦੀ ਕਿਰਪਾ ਨਾਲ ਹੀ ਚੱਲ ਰਹੇ ਨੇ। ਅੱਜ ਉਹਨਾਂ ਦਾ ਦਿੱਤਾ ਖਾ ਰਹੇ ਹਾਂ, ਪਹਿਣ ਰਹੇ ਹਾਂ, ਕਿਉਂਕਿ ਬ੍ਰਹਮ ਗਿਆਨੀ ਕੋ ਖੋਜੇ ਮਖੇਸਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਆਪ ਪਰਮੇਸ਼ਰ ਦਾ ਰੂਪ ਬਣ ਗਏ ਬਾਬਾ ਦੀਪ ਸਿੰਘ ਜੀ ਆਪ। ਹਾਂਜੀ, ਉਹਨਾਂ ਦਾ ਦਿਨ ਕੋਈ ਛੋਟੀ ਗੱਲ ਨਹੀਂ, ਬੜਾ ਵੱਡਾ ਦਿਨ ਮਨਾਉਣ ਦਾ ਸੁਭਾਗ ਸਮਾਂ ਸਾਡੀ ਝੋਲੀ 'ਚ ਪਿਆ, ਬੜਾ ਵੱਡਾ ਦਿਨ ਮਨਾਉਣ ਦਾ। ਬਾਬਾ ਦੀਪ ਸਿੰਘ ਮੇਰੇ ਸਿਰ 'ਤੇ ਹੱਥ ਰੱਖ ਕੇ ਸੇਵਾ ਲੈਣ। ਬੜੀਆਂ ਪਿਆਰੀਆਂ ਪਿਆਰੀਆਂ ਜਿਵੇਂ ਬੇਨਤੀਆਂ ਕਰਨੀਆਂ, ਔਰ ਉਹ ਬੇਨਤੀਆਂ ਨੂੰ ਇਕੱਲਾ ਸੁਣਿਓ ਨਾ, ਮੰਨਿਓ ਵੀ ਜ਼ਰੂਰ, ਥੋੜ੍ਹਾ ਬਹੁਤਾ ਮੰਨ ਲਿਓ ਪਰ ਮੰਨਿਓ ਜ਼ਰੂਰ। ਉਸ ਤੋਂ ਪਹਿਲੇ ਆਓ, ਦੂਜਾ ਸ਼ਬਦ ਪੜ੍ਹੀਏ। ਬੜੇ ਪਿਆਰ ਵਿੱਚ ਸਾਰੇ ਹਾਜ਼ਰੀ ਲਾਇਓ, ਗੁਰੂ ਨਾਨਕ ਸਾਹਿਬ ਦੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 721-722 ਨੰਬਰ ਅੰਗ ਦੇ ਉੱਤੇ ਦਰਜ। ਹਉ ਕੁਰਬਾਨੇ ਜਾਉਂ ਤਿੰਨਾਂ ਕਹਿ, ਲੈਣ ਜੋ ਤੇਰਾ ਨਾਉ। ਸਾਰੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਿਓ ਇਹ ਪੰਕਤੀਆਂ ਦੇ ਵਿੱਚੋਂ। ਕੁਰਬਾਨੇ ਹਉ ਕੁਰਬਾਨੇ ਜਾਉਂ, ਹਉ ਕੁਰਬਾਨੇ ਜਾਉਂ ਤਿੰਨਾਂ ਕੇ, ਲੈਣ ਜੋ ਤੇਰਾ ਨਾਉਂ। ਕੁਰਬਾਨੇ
जीठ
ਮਨ ਗੁਰੂ ਰਾਮਦਾਸ ਜੀ ਪਿਆਰ ਨਾ ਲਖਨ ਜੀ ਧੰਨ ਬਾਬਾ ਦੀਪ ਸਿੰਘ ਪੜੋ ਜਿਨਕੇ ਚੋ जावे जी जिनके चोले रतड़े प्यारे कंते तिना के पास कंत तिना के पास बाबा दीप सिंह जी बाबा दीप सिंह जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਨਿਮਰਤਾ ਸਹਿਤ ਬੇਨਤੀ ਹੈ 3 ਮਾਰਚ ਦਿਨ ਸ਼ੁੱਕਰਵਾਰ ਰਾਤ ਨੂੰ 7:30 ਵਜੇ ਤੋਂ 9:30 ਵਜੇ ਤੱਕ ਨਵੀਂ ਸੋਚ ਨਵਾਂ ਆਗਾਜ਼ ਕਾਮਯਾਬੀ ਦੀ ਪੌੜੀ ਇਹ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਰਹੇ ਹਾਂ ਮਹਾਂਕਵੀ ਕਾਲੀਦਾਸ ਕਲਾ ਮੰਦਿਰ ਨਾਸਿਕ ਵਿਖੇ ਜਿੰਨੀਆਂ ਵੀ ਨਾਸਿਕ ਦੀਆਂ ਪਿਆਰ ਵਾਲੀਆਂ ਸੰਗਤਾਂ ਨੇ ਔਰ ਜਿੰਨੇ ਵੀ ਨਾਸਿਕ ਦੇ ਇਰਦ ਗਿਰਦ ਪਿਆਰ ਵਾਲੇ ਰੋਜ਼ 3 ਤੋਂ 4 ਦੁਪਹਿਰੀ ਔਰ ਰਾਤੀਂ 10 ਤੋਂ 11 ਜੁੜਦੇ ਨੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ ਕਰਾਂਗਾ ਸਾਰੇ ਰੁਝੇਵਿਆਂ ਨੂੰ ਛੱਡ ਕੇ ਇਹ ਪ੍ਰੋਗਰਾਮ ਨੂੰ ਅਟੈਂਡ ਕਰਨ ਵਾਸਤੇ ਸਭ ਨੇ ਪਹੁੰਚਣਾ ਹੀ ਪਹੁੰਚਣਾ ਇਸ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਨਿਊ ਜਨਰੇਸ਼ਨ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਕਿਵੇਂ ਤੁਸੀਂ ਦੁਨਿਆਵੀ ਤੌਰ 'ਤੇ ਅਧਿਆਤਮਿਕ ਤੌਰ 'ਤੇ ਅੱਗੇ ਵੱਧ ਸਕਦੇ ਹੋ ਕਿਵੇਂ ਸਾਡੀ ਲਾਈਫ ਦੇ ਵਿੱਚੋਂ ਜੋ ਚਿੰਤਾਵਾਂ ਨੇ ਖਤਮ ਹੋ ਸਕਦੀਆਂ ਨੇ ਕਿਵੇਂ ਅਸੀਂ ਪਿਆਰਿਓ ਤਰੱਕੀ ਦੀ ਰਾਹ ਦੇ ਉੱਤੇ ਤੁਰ ਸਕਦੇ ਹਾਂ ਕਿਵੇਂ ਸਾਡੇ ਘਰਾਂ ਦੇ ਵਿੱਚ ਜਿਹੜੇ ਨਿੱਕੇ ਨਿੱਕੇ ਕਲੇਸ਼ ਚੱਲਦੇ ਨੇ ਨਾ ਰੋਜ਼ਾਨਾ ਉਹ ਕਿਵੇਂ ਦੂਰ ਹੋ ਸਕਦੇ ਨੇ ਅਤੇ ਹੋਰ ਵੀ ਬੜੇ ਪਿਆਰੇ ਪਿਆਰੇ ਟੌਪਿਕ ਲੈ ਕੇ ਇਸ ਸੈਸ਼ਨ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਾਂਗੇ ਭੁੱਲਿਓ ਨਾ 3 ਮਾਰਚ ਦਿਨ ਸ਼ੁੱਕਰਵਾਰ ਰਾਤ ਨੂੰ 7:30 ਵਜੇ ਪ੍ਰੋਗਰਾਮ ਸ਼ੁਰੂ ਹੋਣਾ ਸ਼ਾਮੀ 6:30 ਵਜੇ ਤੁਸੀਂ ਪਹੁੰਚ ਕੇ ਆਪੋ ਆਪਣੀ ਜਗ੍ਹਾ ਦੇ ਉੱਤੇ ਬਹਿ ਜਾਣਾ 7:30 ਤੋਂ 9:30 ਵਜੇ ਤੱਕ ਇੱਕ ਦੂਜੇ ਨਾਲ ਅਸੀਂ ਦਿਲ ਦੀਆਂ ਗੱਲਾਂ ਕਰਾਂਗੇ ਔਰ ਸਾਡੀ ਤਰੱਕੀ ਕਿਵੇਂ ਹੋਵੇ ਉਹਦੇ ਬਾਰੇ ਵਿਚਾਰਾਂ ਕਰਾਂਗੇ 3 ਮਾਰਚ ਦਿਨ ਸ਼ੁੱਕਰਵਾਰ 7:30 ਤੋਂ 9:30 ਮਹਾਂਕਵੀ ਕਾਲੀਦਾਸ ਕਲਾ ਮੰਦਿਰ ਨਾਸਿਕ ਵਿਖੇ ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰੀਆਂ ਸੰਗਤਾਂ ਲਾਭ ਲੈ ਸਕਣ ਕਿਸੇ ਵੀ ਜਾਣਕਾਰੀ ਦੇ ਲਈ ਤੁਸੀਂ ਇਹ ਜੋ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ